ਹਜ਼ਾਰ ਰੁਪਇਆ ਹੋਵੇਗਾ। ਲਾਹ ਵਰਗੇ ਵੀਰ ਸਾਡੇ ਆਏ ਹੋਏ ਆ ਗੋਰਾ ਸ਼ੇਰ ਸਲੂਨ, ਕਹਿੰਦੇ ਜਲਾਲਾਬਾਦ ਦੇ ਵਿੱਚ ਸਾਡੇ ਵੀਰਾਂ ਦਾ ਅੱਗੇ ਕੱਢਵਾ ਧੰਨਵਾਦ। ਫਾਈਨਲ ਦੀ ਪਹਿਲੀ ਪੈਗੀ ਪਹਿਲੀ ਰੇਡ ਮੇਰੇ ਵੀਰ ਉਧਰ 2 ਮਾਰਚ ਰਾਜਾ ਝਾੜੀ ਵਾਲਾ ਜੀ ਸਾਡੇ ਆਪਣੇ ਸਾਥੀਆਂ ਦੇ ਨਾਲ 75 ਕਿਲੋ ਦੇ ਮੈਚ ਹੋਣੇ ਆ। 16 ਜਿਹੜੀ ਮਾਰਚ ਹੈ ਕਾਲੇ ਕੇ ਦੇ ਵਿੱਚ ਟੂਰਨਾਮੈਂਟ ਹੋਣਾ ਮੇਰੇ ਵੀਰੋ, ਆਪ ਸਭ ਨੂੰ ਸੱਦਾ ਹੈ। ਉਹ ਰੇਡ ਪਈ ਹੈ ਪਹਿਲੀ ਰੇਡ, 9 ਗੱਭਰੂ ਇਸ ਸਮੇਂ ਇਹ ਕਹਿੰਦੇ ਮਿੱਡੇ ਦੀ ਟੀਮ ਦੇ ਲਈ ਪਹਿਲਾ ਨੰਬਰ ਲੈ ਕੇ ਬਾਬਾ ਕਹਿੰਦੇ ਚੋਟੀਆਂ ਪਿੰਡ ਹੈ ਮੇਰੇ ਵੀਰੋ ਇਸ ਸਮੇਂ, ਕਹਿੰਦੇ ਗੁਰਜੀਤ ਇੱਕ ਤਕੜਾ ਅੰਕ ਜੋੜਦਾ ਹੋਇਆ, ਕੋਈ ਜੰਟਾ ਕਹਿੰਦਾ ਕੋਈ ਗੁਰਜੀਤ ਕਹਿੰਦਾ ਹੈ। ਉਧਰ ਕਹਿੰਦੇ ਮਾਤਾ ਸ਼ਿੰਦਰਪਾਲ ਕੌਰ ਜੀ ਦੇ ਪਰਿਵਾਰ ਦੇ ਵੱਲੋਂ ਅੱਜ ਆਹ ਮੈਚ ਦੇ ਬੈਸਟਾਂ ਨੂੰ ਸਾਈਕਲ ਦਿੱਤੇ ਜਾਣੇ ਹੈ, ਆਹ ਮੈਚ ਦੇ ਬੈਸਟਾਂ ਨੂੰ ਕਹਿੰਦੇ ਸਾਈਕਲ ਦਿੱਤੇ ਜਾਣੇ ਹੈ। ਸਾਡਾ ਭਰਾ ਤੇ ਭਾਵੇਂ ਨਹੀਂ ਰਿਹਾ ਦੁਨੀਆਂ ਦੇ ਵਿੱਚ, ਅੱਜ ਮਲਾਪ ਗੀਤ ਦੀਆਂ ਯਾਦਾਂ ਨੇ। ਆਹ ਵੇਖੀਏ ਸਾਹਮਣੇ ਘੋੜੇ ਦੀ ਰੇਡ, ਘੋੜਾ ਤੇ ਬੁਲਟ, ਘੋੜਾ ਤੇ ਬੁਲਟ, ਘੋੜਾ ਤੇ ਬੁਲਟ, ਘੋੜਾ ਤੇ ਬੁਲਟ। ਉਧਰ ਮਲਾਪ ਜੀਤ ਆ ਸਾਡਾ, ਉਹ ਕਹਿੰਦੇ ਸਾਡੇ ਵਿੱਚ ਨਹੀਂ ਰਿਹਾ ਪਰ ਉਹਨਾਂ ਦੀ ਮਾਤਾ ਜੀ ਨੇ ਸਾਈਕਲ ਦੇਣੇ ਆ। ਕਿਹਦੇ ਪੈਰ ਦੀ ਮਿੱਟੀ ਚੱਕ ਕੇ ਸਿਰ ਤੇਰੇ ਤੋਂ ਬਾਰਦਿਆਂ, ਇੱਕ ਵਾਰੀ ਤੇ ਆਖ ਪਾਰਸਾ ਸਭ ਕੁਝ ਤੇ ਇੱਥੋਂ ਹਾਰਦਿਆਂ, ਦਿਲ ਦੇ ਦਿਲ ਵਿੱਚ ਰਹਿਣ ਵਾਲਿਆਂ ਕਾਹਤੋਂ ਦਿਲ ਵਿੱਚੋਂ ਕੱਢ ਗਿਆ, ਇੰਨਾ ਸੌਖਾ ਮਿਲਿਆ ਨਹੀਂ ਜਿੰਨਾ ਸੌਖਾ ਛੱਡ ਗਿਆ, ਤੂੰ ਇੰਨਾ ਸੌਖਾ ਮਿਲਿਆ ਨਹੀਂ ਜਿੰਨਾ ਸੌਖਾ ਛੱਡ ਗਿਆ। ਉਧਰ ਸਾਡੇ ਐਨਆਰ ਆਈ ਵੀਰ ਹੈ ਗੋਦਾ ਹਾਂਗਕਾਂਗ, 52,000 ਦਾ ਯੋਗਦਾਨ ਹੈ। ਜਸ਼ਨ ਇੰਗਲੈਂਡ ਤੇ ਰਵੀ ਆਸਟ੍ਰੇਲੀਆ 1,00,000, ਜਸ ਇੰਗਲੈਂਡ ਤੇ ਵਿੱਕੀ ਇੰਗਲੈਂਡ 1,00,000, ਹੈਪੀ ਕਨੇਡਾ 36,000, ਗੁਰਦੀਪ ਕਨੇਡਾ 41,000, ਜਗਮੀਤ ਇੰਗਲੈਂਡ 36,000, ਤੇ ਜਗਮੀਤ ਵੀਰਾਂ ਸਾਡਾ ਪੁੱਜਿਆ ਵੀ ਹੋਇਆ। ਰਮਨ ਆਸਟ੍ਰੇਲੀਆ ਤੇ ਲਾਲੀ ਆਸਟ੍ਰੇਲੀਆ ਦੇ ਬਹੁਤ ਵੱਡੇ ਯੋਗਦਾਨ ਹੈ। ਦਵਿੰਦਰ ਫਰਾਂਸ 21,000, ਪ੍ਰਿੰਸ ਆਸਟ੍ਰੇਲੀਆ ਤੇ ਪਵਨ ਆਸਟ੍ਰੇਲੀਆ 21,000 ਰੁਪਈਏ ਦੇ ਬਹੁਤ ਵੱਡੇ ਯੋਗਦਾਨ। ਜਸ਼ਨ ਨਿਊਜ਼ੀਲੈਂਡ ਤੇ ਰਸ਼ਨ ਕਨੇਡਾ 17,000, ਵਿੱਕੀ ਕਨੇਡਾ 18,000, ਗੱਗਾ ਮਨੀਲਾ ਤੇ ਹੈਪੀ ਕਨੇਡਾ 15,000, ਨਾਲ ਸਾਡਾ ਸ਼ਿੰਦੂ ਆਸਟ੍ਰੇਲੀਆ ਤੇ ਬੱਬੂ ਕਨੇਡਾ 15,000, ਗਗਨ ਨਿਊਜ਼ੀਲੈਂਡ 15,000, ਬਾਵੀ ਆਸਟ੍ਰੇਲੀਆ 11,000, ਹੁਸ਼ਨਪ੍ਰੀਤ ਕਨੇਡਾ 11,000, ਹੈਪੀ ਫਰਾਂਸ 11,000, ਬਲ ਆਸਟ੍ਰੇਲੀਆ 11,000, ਹੈਪੀ ਕਨੇਡਾ 11,000, ਸ਼ਿੰਦਾ ਇੰਗਲੈਂਡ 11,000, ਸ਼ੀਰਾ ਕਨੇਡਾ 11,000, ਜੱਸਾ ਕਨੇਡਾ 11,000। ਇਹ ਸਾਡੇ ਐਨਆਰਆਈ ਵੀਰ ਹੈ ਵੀ ਜਿੱਥੇ ਗਏ ਪੰਜਾਬੀ ਤੋੜੀਆਂ ਨੇ ਅੜੀਆਂ, ਗੈਰਜਾਂ ਦੇ ਵਿੱਚ ਗੱਡੀਆਂ ਮਹਿੰਗੀਆਂ ਨੇ ਖੜੀਆਂ, ਇੰਗਲੈਂਡ ਵਾਲੇ ਭਰਾਵਾਂ ਨੇ ਅੜੇ ਗੱਡੇ ਕੱਢੇ ਆ। 16 ਨੇ ਗੱਲ ਸੱਚੀ ਪਾਰਸਾ, ਕੈਨੇਡਾ ਵਾਲਿਆਂ ਦੇ ਦਿਲ ਬਾਹਲੇ ਵੱਡੇ ਆ, ਐਨਆਰਆਈ ਵੀਰਾਂ ਦੇ ਦਿਲ ਆਹ ਬਾਹਲੇ ਵੱਡੇ ਆ। ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਕਹਿੰਦੇ ਝੋਟਾ ਪ੍ਰਮੋਟਰ ਰਹਿੰਦਾ ਮੇਰੇ ਵੀਰੋ, ਆਹ ਦਿਲ ਬਹੁਤ ਵੱਡਾ ਹੈ, ਨਾਲ ਨਾਲ ਸਮਾਜ ਦੀ ਸੇਵਾ ਕਰਦਾ ਹੈ। ਹਰਦੀਪ ਸੰਘੇ ਦਾ ਜ਼ਿਕਰ ਹੁੰਦਾ ਹੈ, ਆਓ ਦੇਖੋ ਸਾਹਮਣੇ ਸੰਗਰੂਰ ਪਿੰਡ ਹੈ, ਆਹ ਝੋਟੀਆਂ ਪਿੰਡ ਹੈ ਜ਼ਿਲ੍ਹੇ ਸੰਗਰੂਰ ਦਾ, ਇੱਕ ਪਾਸੇ ਗੁਰਜੀਤ ਪਰ ਡਬਲ ਟੱਚ ਦਾ ਇਸ਼ਾਰਾ, ਲਾਓ ਨੰਬਰ ਇਸ ਸਮੇਂ ਕਹਿੰਦੇ ਸਕੂਟਰ ਮੇਰੇ ਵੀਰੋ, ਵੱਖਰੇ ਜੇ ਨਾਮ ਹੈ ਇਹਨਾਂ ਖਿਡਾਰੀਆਂ ਦੇ। ਬਰਾੜ ਟੈਂਟ ਦਾ ਹਾਊਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ, ਬਰਾੜ ਟੈਂਟ ਹਾਊਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਅੱਜ 3-3 ਵੈਬਸਾਈਟਾਂ ਲੱਗੀਆਂ ਹੋਈਆਂ, ਪੀਣ ਵਾਲਾ ਪਾਣੀ ਜ਼ਰੂਰ ਗਰਾਊਂਡ ਦੇ ਵਿੱਚ ਪਹੁੰਚਦਾ ਕਰ ਦਿਓ ਜੀ। ਉਧਰ ਸਵਰਗਵਾਸੀ ਗੁਰਦਿਆਲ ਸਿੰਘ ਜੀ ਸੇਖੋ, ਉਹਨਾਂ ਦੇ ਪਰਿਵਾਰ ਵੱਲੋਂ 5,500 ਦਾ ਯੋਗਦਾਨ ਹੈ, ਬਹੁਤ ਬਹੁਤ ਧੰਨਵਾਦ ਹੈ। ਲੈ ਵੀ ਬੱਬੂ ਤੇਰੇ ਵਾਲੇ ਜਸ ਧਾਲੀਵਾਲ ਨੇ ਵੀ ਕਹਿੰਦੇ 1,00,000 ਪੈਦਾ ਕੀਤਾ ਹੈ, ਅੱਜ ਦੇ ਬੈਟਾਂ ਨੂੰ ਸਾਈਕਲ ਦਿੱਤੇ ਜਾਣਗੇ। ਆਸ ਸਾਈਕਲ ਦੀ ਨਹੀਂ ਸੀ, ਤੂੰ ਤੇ ਗੱਡੀਆਂ ਦਵਾਤੀਆਂ, ਜਿਉਂਦੀ ਰਹਿ ਨੀ ਕਬੱਡੀਏ, ਗਰੀਬੀਆਂ ਭਜਾਤੀਆਂ, ਜਿਉਂਦੀ ਰਹਿ ਨੀ ਕਬੱਡੀਏ। ਪਾਣੀ ਜ਼ਰੂਰ ਪਹੁੰਚਦਾ ਕਰੋ ਜੀ ਵੀਰੋ, ਪਾਣੀ ਪਿਆਓ ਕਿਹੜਾ ਖਿਡਾਰੀਆਂ ਨੂੰ, ਭੱਜ ਕੇ ਜਾਓ ਯਾਰ ਪਾਣੀ ਵਾਲੇ। ਹੁਣ ਤੇ ਜਦੋਂ ਪਹਿਲਾਂ ਤਾਂ 3 ਫਿਰਦੇ ਸੀਗੇ,
ਹੁਣ ਇਕੱਲੇ ਹੀ ਰਹਿ ਗਿਆ। ਹਾਂ ਪਾਣੀ ਜ਼ਰੂਰ ਪੈਂਦਾ ਕਰ ਦੋ ਜੀ, ਪਰ ਫਿਰ ਬੋਲਿਆ ਜਾਣਾ। ਮੈਂ ਕਿਹਾ ਰਹਿਣ ਦੇ, ਚੱਲ ਬੇਨਤੀ ਹੈ ਹੱਥ ਬੰਨ ਕੇ ਵੀਰਾਂ ਦਾ, ਜਿੰਨਾ ਚਿਰ ਮੇਲਾ ਚੱਲਦਾ ਉਨਾ ਚਿਰ ਤੇ ਨੇੜੇ ਰਿਹਾ ਕਰੋ, ਇਹ ਮੇਰੀ ਹੱਥ ਬੰਨ ਕੇ ਬੇਨਤੀ ਹੈ ਸਾਰੇ ਵੀਰਾਂ ਨੂੰ। ਬਹੁਤ ਬਹੁਤ ਧੰਨਵਾਦ ਕੋਮਲ ਸੰਧੂ ਤੇ ਅੰਮ੍ਰਿਤ। ਅੰਮ੍ਰਿਤ ਕਹਿੰਦੇ ਘਾਂਗੇ ਤੋਂ ਸਾਡੇ ਵੀਰ ਸੰਦੀਪ ਕਹਿੰਦੇ ਮੇਰੇ ਵੀਡੀਓ ਸਰਪੰਚ ਦੇ ਨਾਲ ਪਿਆਰ ਹੈ। ਆਓ ਵੇਖੀਏ ਸਾਹਮਣੇ ਦੁਆਰਿਆਂ ਨੇ ਪਿੰਡ ਦਾ ਘੋੜਾ, ਜਿਹੜੇ ਪਿੰਡ ਦਾ ਕਾਲੀ ਸੰਧੂ ਕਹਿੰਦੇ ਜਾਟਮਾ ਸਭਾ ਦਾ ਪ੍ਰਧਾਨ ਹੈ ਮੇਰੇ ਵੀਡੀਓ, ਉਸੇ ਪਿੰਡ ਦਾ ਕਹਿੰਦੇ ਘੋੜਾ ਕਬੱਡੀ ਪਾ ਰਿਹਾ, ਪਰ ਇੱਕ ਪਾਸੇ ਕਰਨ ਮਿੰਡਿਆਂ ਵਾਲਾ ਹੈ। ਵਾਹ ਇਹ ਸੂਬੇ ਕਹਿੰਦੇ ਭੋਜਪੁਰੀ ਦਾ ਫੈਸਲਾ ਰੇਡਰ ਦਾ, ਉਧਰ ਦੜੂ ਹੈ ਸਾਡਾ। ਕਹਿੰਦੇ ਦਿਲ ਬਿਨਾ ਦਾਨ ਨਹੀਂ ਹੁੰਦੇ ਮੇਰੇ ਵੀਰੋ, ਜਿੰਨੀ ਕੁ ਪੂੰਜੀ ਹੈ 1100 ਐਤਕੀ ਦਿੱਤਾ ਹੈ, ਅਗਲੇ ਸਾਲ ਕਹਿੰਦਾ ਇਹਦਾ ਦੁੱਗਣਾ ਕਰ ਲਿਓ ਮੇਰੇ ਵੀਰੋ। ਥੜੂ ਨੇ 500 ਤੋਂ ਸ਼ੁਰੂਆਤਾਂ ਕਰੀਆਂ, 1100 ਹੁਣ 2200 ਹੈ। ਲੈ ਵੀ ਤੜੂ ਤੇਰਾ ਵੀ ਧੰਨਵਾਦ ਆ, ਜਾਣ ਜੋਗਿਆ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਤੈਨੂੰ ਤਰੱਕੀਆਂ ਦੇਵੇ, ਰੇਡ ਪਾਉਣ ਦੇ ਲਈ ਗਭਰੋ। ਫਿਰ ਕਹਿੰਦੇ ਤਿਆਰ ਪਰ ਤਿਆਰ ਹੈ ਮੇਰੇ ਵੀਰੋ, ਵੀ ਕੋਈ ਤਰਸੇ ਨਿੱਕੀਆਂ ਪਰੀਆਂ ਨੂੰ, ਕੋਈ ਸੁਰੇ ਚਲਾਉਂਦਾ ਕੁੱਖਾਂ ਤੇ, ਮਾਵਾਂ ਤੇ ਛਾਵਾਂ ਮਿਲਣੀਆਂ ਨਹੀਂ, ਨਾ ਫੇਰੋ ਆ ਰਹੀਆਂ ਰੁੱਖਾਂ ਤੇ, ਕਿਤੇ ਚਾਰ ਚਾਰ ਖੁਸ਼ ਵੱਸਦੇ ਨੇ, ਕਿਤੇ ਕੱਲਾ ਕਹਿਰਾ ਲੈ ਜਾਵੇ, ਉਸ ਮਾਲਕ ਦੇ ਰੰਗ ਨੇ ਪਾਰਸਾ, ਕੋਈ ਸਾਰੀ ਰਾਤ ਨਹੀਂ ਸੌਂਦਾ, ਕੋਈ ਸੁੱਤਾ ਪਿਆ ਹੀ ਰਹਿ ਜਾਵੇ। ਆਓ ਵੇਖੀਏ ਸਾਹਮਣੇ ਕੌਣੀ ਵਾਲਾ ਲੈ ਗਿਆ ਖਿੱਚ ਕੇ ਇੱਕ ਪਾਸੇ ਸੰਦੀਪ, ਉਹ ਜੱਫਾ ਕਿਵੇਂ ਲੱਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ। ਆਓ ਚੋਟੀ ਦਾ ਜੱਫਾ ਲਾ ਕੇ ਗੱਭਰੂ ਨੇ ਬੱਲੇ ਬੱਲੇ ਕਰਾ ਦਿੱਤੀ ਹੈ। ਉਧਰ 12 ਤੇ 13 ਤਰੀਕ ਨੂੰ ਖੂਹੀ ਤੇ ਬਾਂਦਰ ਜਟਾਣੇ ਰੌਣਕਾਂ ਲੱਗਣੀਆਂ, 1 ਤਰੀਕ ਵਾੜੇ ਭਾਈਕਿਆਂ ਵਾਲੇ ਦੀ ਹੈ, 7 ਤੇ 8 ਤਰੀਕ ਆਓ ਕਹਿੰਦੇ ਮੇਰੇ ਵੀਰੋ ਚੱਕ ਜਾਨੀ ਸਰ ਦੇ ਵਿੱਚ ਵੱਡਾ ਕਬੱਡੀ ਕੱਪ ਹੋਵੇਗਾ। ਲਾਓ ਕਹਿੰਦੇ ਘੋੜਾ ਇਸ ਸਮੇਂ ਫੇਰ ਪੈ ਗਈ ਹੈ, ਮੈਂ ਬੇਨਤੀ ਕਰਦਾ ਧਨੌਰੀ ਤੇ ਹਰੀ ਕੇ ਕਲਾ ਜਾਣਗੇ। ਉਧਰ ਵਿੱਕੀ ਪ੍ਰੋਡਿਊਸਰ ਦੇ ਫਾਦਰ ਸਾਹਿਬ ਅਵਤਾਰ ਧਾਲੀਆ ਜੀ ਵੱਡੇ ਮਾਣ ਦੇ ਗਏ ਹੈ, ਲਖਵੀਰ ਸੰਧੂ ਜੀ ਸਾਡੇ ਦਰਮਿਆਨ ਪੁੱਜੇ ਹੋਏ ਹੈ, ਬਹੁਤ ਵੱਡਾ ਧੰਨਵਾਦ ਹੈ ਮੇਰੇ ਵੀਰੋ। ਕਬੱਡੀ 4K, ਕਬੱਡੀ 4K ਜੰਕਸ਼ਨ, ਕਬੱਡੀ 365 ਮੇਰੇ ਵੀਰੋ ਵੀ ਲੈਣਾਗੇ ਬੁਲਟ ਜਦੋਂ ਦਿਨ ਚੰਗੇ ਆਉਣਗੇ, ਉਹਨਾਂ ਚਿਰ ਯਾਰ ਗੇੜੀ ਚੇਤਕ ਤੇ ਲਾਉਣਗੇ। ਨਵਾਂ ਨਵਾਂ ਪੈਰ ਮੈਂ ਤਰੱਕੀਆਂ ਚ ਪਾਇਆ ਏ, ਮੇਹਰ ਕਰੀ ਦਾਤਿਆਂ ਮੈਂ ਮੂਹਰੇ ਲਿਖਵਾਇਆ ਏ, ਲਹਿਰੇ ਵਾਲੇ ਲੱਖੀ ਨੂੰ ਵੀ ਲੱਖਾਂ ਲੋਕੀ ਚਾਹੁਣਗੇ। ਲੈ ਲਾਂਗੇ ਬੁਲਟ ਜਦੋਂ ਦਿਨ ਚੰਗੇ ਆਉਣਗੇ, ਹਾਂ ਲੈ ਲਾਂਗੇ ਬੁਲਟ ਜਦੋਂ ਦਿਨ ਚੰਗੇ ਆਉਣਗੇ। ਪਾਸੇ ਲਹਿਰੇ ਵਾਲੇ ਨੂੰ ਬਹੁਤ ਵੱਡੀ ਮਾਰਕਵਾਦ ਹੈ, ਪਰ ਮੈਨੂੰ ਲੱਗਦਾ ਵੀ ਇੱਕ ਪਾਸੇ ਹਾਂ ਟੱਕਰ 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 ਸੀਪਾ ਤੇ ਨਾਲ ਮੇਰੇ ਵੀਰੋ ਹੈਪੀ ਹੈ ਮੇਰੇ ਵੀਰੋ। ਬਿਲਕੁਲ ਸਹੀ ਸਮੇਂ ਤੇ ਕਬੱਡੀ ਚੱਲ ਰਹੀ ਹੈ, ਆਸਮਾਨ ਕੂਲ ਹੈ। ਜੇ ਤੂੰ ਵੀ ਅੱਧਾ ਕੁ ਘੰਟਾ ਪਹਿਲਾਂ ਹੋ ਜੇ ਫਿਰ ਸਵਾਦ ਇਦੂ ਵੀ ਵੱਖਰਾ ਹੈ, ਜੇ ਕਿਤੇ ਇਦੂ ਵੀ ਅੱਧਾ ਕੁ ਘੰਟਾ ਪਹਿਲਾਂ ਮੈਚ ਨਿਬੜ ਜਾਣ ਫਿਰ ਸਵਾਦ ਇਦੂ ਵੀ ਵੱਖਰਾ ਹੈ। ਔਰ ਰੇਡ ਪੈਂਦੀਆਂ ਪੈਂਦੀਆਂ ਨੇ ਕਬੱਡੀਆਂ ਲੱਗਦੇ ਜਫੇ, ਆਹ ਵੇਖਦੇ ਨੰਬਰ ਜਿਹੜਾ ਘੋੜਾ ਮੇਰੇ ਵੀਰੋ ਇਸ ਸਮੇਂ ਕਹਿੰਦੇ ਤਗੜਾ ਅੰਕ ਜੰਡਾ ਵਾਲੇ ਦੀ ਟੀਮ ਦੇ ਲਈ ਜੋੜਦਾ ਹੋਇਆ, ਜੰਡਾ ਵਾਲੇ ਦਾ ਮੈਚ ਕਹਿੰਦੇ ਆਓ ਵੇਖੀਏ ਸਾਹਮਣੇ ਕਹਿੰਦੇ ਮਿੱਡਿਆਂ ਦੇ ਨਾਲ ਫਾਈਨਲ ਖੇਡਿਆ ਜਾ ਰਿਹਾ ਹੈ ਕਬੱਡੀ 62 ਕਿਲੋ ਦਾ ਮੇਰੇ ਵੀਰੋ। ਬੈਸਟਾਂ ਨੂੰ ਸਾਈਕਲ ਦਿੱਤੇ ਜਾਣੇ ਆ, ਆ ਜ਼ਿਲ੍ਹੇ ਸੰਗਰੂਰ ਤੋਂ ਚੱਲ ਕੇ ਆਇਆ ਹੈ, ਪ੍ਰੀਤ ਦੀ ਸਾਊਂਡ ਲੱਗੀ ਹੋਈ ਹੈ, ਤਿੰਨ ਤਿੰਨ ਵੈਬਸਾਈਟਾਂ ਕਹਿੰਦੇ ਲਾਈਵ ਕਰ ਰਹੀਆਂ। ਆਓ ਢਿੱਲੋਂ ਵੀ ਕਹਿੰਦੇ 4K ਦਾ ਕੈਮਰਾ ਘੁੱਕਦਾ, ਪਰ ਇੱਕ ਪਾਸੇ ਆ ਰੇਡਰ ਘੁੱਕਦਾ, ਰੇਡਰ ਘੁੱਕਦਾ। ਆਓ ਕੌਣੀ ਵਾਲਾ ਸੰਦੀਪ ਦੇ ਗੁਰਜੀਤ, ਗੁਰਜੀਤ ਦੇ ਸੰਦੀਪ
ਸਾਡੇ ਗੱਭਰੂ ਹੈ ਨੰਬਰ 8 ਦਾ ਲੰਗਰ ਕਮੇਟੀ ਦੇ ਸਾਰੇ ਸਾਡੇ ਸੇਵਾਦਾਰ ਉਹ ਸਾਡੇ ਗਰਾਊਂਡ ਦੇ ਨੇੜੇ ਆ ਜਾਣ। ਆ ਮੈਚ ਤੋਂ ਤੁਰੰਤ ਬਾਅਦ ਸਾਡੀ ਲੰਗਰ ਕਮੇਟੀ ਦਾ ਸਤਿਕਾਰ ਜਿਹੜਾ ਕੀਤਾ ਜਾਵੇਗਾ, ਜਿਨ੍ਹਾਂ ਦਾ ਕਹਿੰਦੇ ਬਹੁਤ ਵੱਡਾ ਯੋਗਦਾਨ ਹੈ ਪਲੇਅਰਾਂ ਦੀ ਰਿਫਰੈਸ਼ਮੈਂਟ ਦੇ ਲਈ, ਤੇ ਨਾਲ ਕਹਿੰਦੇ ਸਾਡੇ ਆ ਦਰਸ਼ਕਾਂ ਦੇ ਲਈ। ਮੇਰੇ ਵੀਰੋ ਲੰਗਰ ਦੀ ਜਿਹੜੀ ਉਹਨਾਂ ਨੇ ਸੇਵਾ ਕਰੀ ਹੈ, ਲੰਗਰ ਦੇ ਪ੍ਰਬੰਧ ਵਧੀਆ ਕੀਤੇ ਹੈ, ਉਹ ਬਾਈ ਇਹਨਾਂ ਦੀ ਸੇਵਾ ਦੇ ਨਾਂ ਤੇ ਕਰੀ ਤਾੜੀ ਦਾ ਮਾਰ ਦਿਓ। ਬਹੁਤ ਵਧੀਆ ਪ੍ਰਬੰਧ ਮੇਰੇ ਵੀਰੋ, ਦੇਸੀ ਘਿਓ ਪਲੇਅਰਾਂ ਦੇ ਲਈ ਪੈਦਾ ਕੀਤਾ ਗਿਆ। ਕਹਿੰਦੇ ਬਜਨੀ ਕਬੱਡੀ ਵਾਲਿਆਂ ਨੂੰ ਕਹਿੰਦੇ ਕਿਰਾਇਆ ਵੀ ਦਿੱਤਾ ਗਿਆ, ਬੈਟਾਂ ਨੂੰ ਸਾਈਕਲ ਹੈ, ਆ ਕਰਨਾ ਆ ਥੋੜਾ ਪਾਸੇ ਆ ਘੋੜਾ ਹੈ। ਕਹਿੰਦੇ ਮੇਰੇ ਵੀਰੋ ਕੋਟ ਕਪੂਰੇ ਦੇ ਲਾਗੇ ਚੱਲ ਕੇ ਆਇਆ, ਦੁਆਰਿਆਂ ਦਾ ਪਿੰਡ ਹੈ, ਲੈ ਵੀ ਘੋੜਿਆ ਅੱਜ ਸਾਈਕਲ ਜਾਣਗੇ ਕਿੱਧਰ ਨੂੰ, ਇਹ ਤੇ ਸਮਾਂ ਦੱਸੇਗਾ, ਅੱਜ ਤੇ ਸਾਈਕਲ ਜਾਣਗੇ ਕਿੱਧਰ ਨੂੰ, ਇਹ ਤੇ ਸਮਾਂ ਦੱਸੇਗਾ। ਹਮੀਰ ਗਲੀਆ ਮੇਰੇ ਵੀਰੋ ਸੀਪਾ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਪਾਉਂਦਾ ਹੈ। ਉਧਰ ਸਹਿਜਪ੍ਰੀਤ ਨੂੰ ਬੇਨਤੀ ਆਉਂਦੀ ਮੋਟਰਸਾਈਕਲ ਕੋਲੇ ਜਿਹੜਾ ਪੁੱਜ ਜਾਵੇ, ਬਹੁਤ ਬਹੁਤ ਧੰਨਵਾਦ ਹੈ। ਆ ਇਲਾਕੇ ਦਾ ਵੱਡਾ ਸਟਾਰ ਸਵਾਰੇ ਦਾ ਬਿੰਦੂ, ਉਹ ਵੀ ਕਹਿੰਦੇ ਕੈਨੇਡਾ ਤੋਂ ਲਾਈਵ ਆਨੰਦ ਮਾਰ ਰਿਹਾ ਇਸ ਦੇ ਟੂਰਨਾਮੈਂਟ ਦਾ। ਮੇਰੇ ਵੀਰੋ ਆ ਇਲਾਕੇ ਦੇ ਖਿਡਾਰੀਆਂ ਦੇ ਨਾਲ ਹਰ ਵਕਤ ਖੜਿਆ ਹੈ ਸਵਾ ਵਾਲੇ ਦਾ ਬਿੰਦੂ। ਮੇਰੇ ਵੀਰੋ ਪਿੰਡ ਦੇ ਵਿੱਚ ਮੇਲਾ ਵੀ ਵਧੀਆ ਕਰਾਇਆ ਹੈ। ਆ ਪਿੰਡਾਂ ਦੇ ਵਿੱਚ ਇਕੱਲੇ ਇੱਕ ਇੱਕ ਮੈਚ ਤੋਂ ਕਹਿੰਦੇ ਸ਼ੁਰੂਆਤਾਂ ਹੋਈਆਂ ਟੂਰਨਾਮੈਂਟ ਦੀਆਂ, ਪਹਿਲਾਂ ਮੇਲੇ ਹੁੰਦੇ, ਇੱਕ ਇੱਕ ਸ਼ੋਅ, ਇੱਕ ਕਹਿੰਦੇ ਵੱਡੇ ਕੱਪ, ਕਹਿੰਦੇ ਵੱਡੇ ਵੱਡੇ ਕੱਪ, ਭਾਵੇਂ ਕਾਲਗੜ ਹੈ, ਚੱਕ ਜਾਨੀ ਸਰ ਹੈ, ਇੱਥੇ ਆ ਸਵਾਲ ਆ ਘਾਂਗਿਆ ਹੈ, ਇਹ ਕਹਿੰਦੇ ਵੱਡੇ ਵੱਡੇ ਕੱਪ ਆ ਇਲਾਕੇ ਦੇ। ਮੇਰੇ ਵੀਰੋ ਇਹ ਮੁੰਡਿਆਂ ਨੂੰ ਕਹਿੰਦੇ ਸਿਫਤ ਕਰਨੀ ਬਣਦੀ ਹੈ, ਆਓ ਸਿਫਤ ਕਰਨੀ ਬਣਦੀ ਹੈ। ਮੇਰੇ ਵੀਰੋ ਮਾਣ ਹੈ ਮੇਰੇ ਵੀਰੋ ਇਸ ਇਲਾਕੇ ਦੇ ਵਿੱਚ, ਪਰ ਇੱਕ ਪਾਸੇ ਘੋੜੇ ਦੀ ਰੇਡ ਤੇ ਮਿੰਡਿਆਂ ਵਾਲਾ ਕਰਨ, ਘੋੜੇ ਦੀ ਕਬੱਡੀ ਕਰਨ ਕਰਨ, ਜੇ ਬਹਿਣਾ ਸਾਈਕਲ ਤੇ ਤੇ ਹੱਥ ਕਰੜੇ ਪਾਉਣੇ ਪੈਣੇ ਹੈ। ਉਧਰ ਕਬੱਡੀ 4K ਦੇ ਕੈਮਰਾਮੈਨਾਂ ਦਾ, ਕਮਲ ਮੰਨੂ ਤੇ ਰਵਿੰਦਰ ਦਾ, ਜਦੋਂ ਕਹਿੰਦੇ ਚੱਕ ਜਾਨੀ ਸਰ 7 ਤੇ 8 ਤਰੀਕ ਨੂੰ ਕੱਪ ਹੋਵੇਗਾ, ਤੇ ਬਾਈ ਹਰਦੀਪ ਸੰਘੇ ਵੱਲੋਂ ਕਹਿੰਦੇ ਕਮਲ ਮੋਨੂ ਤੇ ਰਵਿੰਦਰ ਕੈਮਰਾਮੈਨ ਦਾ ਜਿਹੜਾ ਕੱਪਾਂ ਦੇ ਨਾਲ ਸਨਮਾਨ ਹੋਵੇਗਾ। ਲੈ ਵੀ ਖਰਾਜੀ ਤੇਰਾ ਵੀ ਸਨਮਾਨ ਜਿਹੜਾ ਹੈ ਉਹ 1100 ਦੀ ਨਗਦ ਰਾਸ਼ੀ ਨਾਲ ਕੀਤਾ ਜਾਵੇਗਾ, ਇਹ ਮਾਣ ਵਾਲੀ ਗੱਲ ਹੈ। ਲਓ ਸਾਹਮਣੇ ਕਹਿੰਦੇ ਅੱਜ ਮੇਲਾ ਚੱਕ ਸੈਦੋ ਦਾ, ਚਾਦਿਆ ਚੜ੍ਹਦਾ ਚਾਦਿਆ ਚੜ੍ਹਦਾ ਹੈ, ਆਓ ਵੇਖੀਏ ਸਾਹਮਣੇ ਪਾਈ ਹੋਈ ਕਬੱਡੀ ਹੈ, ਰੇਡ ਪੈ ਗਈ ਹੈ ਮੇਰੇ ਵੀਰੋ ਖੇਡ ਮੈਦਾਨ ਦੇ ਅੰਦਰ। ਤੰਗੀਆਂ ਵੀ ਮਿੱਤਰਾਂ ਜ਼ਰੂਰੀ ਹੁੰਦੀਆਂ, ਪਤਾ ਲੱਗ ਜਾਂਦਾ ਲੱਤਾਂ ਕਿੰਨਾ ਭਾਰ ਸਹਿੰਦੀਆਂ, ਜੋ ਜਾਣ ਜਾਣ ਕਹਿੰਦੇ ਫੋਨ ਵੀ ਨਹੀਂ ਚੱਕਦੇ, ਜਦੋਂ ਯਾਰਾਂ ਨੂੰ ਯਾਰਾਂ ਤੱਕ ਲੋੜਾਂ ਪੈਂਦੀਆਂ, ਨਾਲ ਡੀਜਿਆਂ ਤੇ ਪਾਉਂਦੇ ਜੋ ਭੰਗੜੇ, ਦੁੱਖਾਂ ਚੋਂ ਇੱਕ ਵੀ ਨਹੀਂ ਖੜਦਾ, ਪੈਂਦੀ ਬਿਰਤਾ ਜਦੋਂ ਆ ਸਮਾਓ ਵਾਲਿਆ, ਕੋਈ ਬਿਰਲਾ ਹੀ ਬਾਹ ਫੜਦਾ, ਪੈਂਦੀ ਬਿਰਤਾ ਹੈ ਜਦੋਂ ਸਮਾਓ ਵਾਲਿਆ, ਕੋਈ ਬਿਰਲਾ ਹੀ ਬਾਹ ਫੜਦਾ। ਆ ਮੈਚ ਚੋਟੀ ਦਾ ਹੈ ਮੇਰੇ ਵੀਰੋ, ਜੱਫੇ ਤੇ ਬਹੁਤ ਘੱਟ ਲੱਗੇ ਹੈ, ਆਹ ਦੁਆਰਿਆਂ ਨੇ ਵਾਲਾ ਘੋੜਾ ਹੱਸਦਾ ਹੀ ਆਉਂਦਾ, ਆਹ ਨੱਚਦਾ ਹੀ ਆਉਂਦਾ ਮੇਰੇ ਵੀਰੋ। ਇੱਕ ਪਾਸੇ ਕਹਿੰਦੇ ਪਾਈ ਹੋਈ ਕਬੱਡੀ, ਲਖਵਿੰਦਰ ਸਿੰਘ ਲੱਖੀ ਤੋਂ ਕਹਿੰਦੇ ਆਹ ਦਾ ਪੇਜ ਸਿੱਖਿਆ ਮੁੰਡੇ ਨੇ, ਲਓ ਸਾਹਮਣੇ ਕਹਿੰਦੇ ਘੋੜੇ ਦੀ ਕਬੱਡੀ ਪੈ ਰਹੀ ਹੈ, ਇਹ ਸਤਨਾਮ ਹੇਲ ਸਲੂਨ ਵਾਲੇ ਦਾ ਆਹ ਚੁੰਡੀ ਦਾ ਯਾਰ ਹੈ ਮੇਰੇ ਵੀਰੋ। ਲਓ ਸਾਹਮਣੇ ਕਹਿੰਦੇ ਪਾਈ ਹੋਈ ਕਬੱਡੀ, ਇੱਕ ਕੰਨੀ ਤੇ ਕਹਿੰਦੇ ਕਰਨਾ ਹੈ, ਇੱਕ ਕੰਨੀ ਤੇ ਬੁਲਟ ਹੈ, ਵਿਚਕਾਰ ਕਹਿੰਦੇ ਅਨਮੋਲ ਖੜਾ, ਆ ਬੁਲਟ ਆ ਬੁਲਟ ਬੁਲਟ ਮਿੰਡਿਆਂ ਵਾਲਾ ਮੇਰੇ ਵੀਰੋ, ਘੁੰਮਣ ਘੁਮਾਉਣ ਨੂੰ ਤੇ ਥਾਰ ਰੱਖੀ ਆ, ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ, ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ। ਲਓ ਰੇਡ ਫਿਰ ਪੈਂਦੀ ਹੈ ਮੇਰੇ ਵੀਰੋ, ਉਧਰ ਰੋਬਿਨ ਸਟੱਡ ਫਾਰਮ ਵਾਲੇ ਨੇ 3100 ਦਿੱਤਾ ਲਾਈਵ ਦੇਖ ਰਹੇ ਆ, ਕਹਿੰਦੇ ਅਗਲੇ ਸਾਲ ਇਸੇ ਟੂਰਨਾਮੈਂਟ ਦੇ ਲਈ 5100 ਰੁਪਇਆ ਜਿਹੜਾ ਹੋਵੇਗਾ। ਸਾਡੇ ਰੋਬਿਨ ਸਟੱਡ ਫਾਰਮ ਵਾਲਿਆਂ ਦਾ ਵੀ ਧੰਨਵਾਦ ਹੈ।
ਪਵਿੱਤਰ ਦੋਸਾਂਝ ਜੀ ਸਾਡੇ ਲੈਫਟੀਨੈਂਟ ਕਰਨਲ ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਹੋਣਾ, ਜਿਹੜੇ ਸਾਡੇ ਵਕੀਲ ਸਾਹਿਬ ਗੁਰਬਾਜ ਸਿੰਘ ਜੀ ਦੋਸਾਂਝ ਦੇ ਮੇਰੇ ਵੀਰ ਪੁੱਤਰ ਹੈ, 23 ਸਾਲਾਂ ਦੀ ਉਮਰ ਦੇ ਵਿੱਚ ਬਹੁਤ ਵੱਡਾ ਮਾਣ ਜਿਹੜਾ ਲੈਫਟੀਨੈਂਟ ਕਰਨਲ ਬਣਨ ਦਾ ਹਾਸਲ ਕੀਤਾ ਹੈ। ਪਵਿੱਤਰ ਦੋਸਾਂਝ ਜੀ ਸਾਡੇ ਆਹ ਮੈਚ ਤੋਂ ਬਾਅਦ ਗਰਾਊਂਡ ਦੇ ਵਿੱਚ ਆਉਣਗੇ, ਉਹਨਾਂ ਦਾ ਕਰਾਂਗੇ ਸਤਿਕਾਰ। ਧਨੌਰੀ ਤੇ ਵਿਰੋਧੀ ਟੀਮ ਹਰੀ ਕੇ ਕਲਾਂ ਫਾਈਨਲ ਦੀਆਂ ਦੋਨੋਂ ਟੀਮਾਂ ਗਰਾਊਂਡ ਨੇੜੇ ਆ ਜਾਣਗੀਆਂ। ਰੇਡ ਪੈ ਗਈ ਲਵੀ ਮੋਦੀ ਚੱਕ ਮੈਚ ਦੇ ਲਓ ਸਾਹਮਣੇ। ਕਹਿੰਦੇ ਮੇਰੇ ਵੀਰੋ ਜਿੰਨੇ ਵੀ ਲਾਈਵ ਜੁੜੇ ਹੋਏ ਆ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਹਾਂ। ਇੱਕ ਤੇ ਉਹਦੇ ਰੁਪਿੰਦਰ ਨੇ ਬੋਲਿਆ ਸੀ ਵੀ ਕੋਈ 4 ਜਾਣੇ ਲਾਈਵ ਦੇਖੀ ਜਾਂਦੇ ਹੁੰਦੇ ਆ, ਕੋਈ 2 ਜਾਣੇ ਲਾਈਵ ਵੇਖੇ ਜਾਂਦੇ ਹੁੰਦੇ ਆ, ਤੇ ਕੋਈ ਕਹਿੰਦੇ ਮੇਰੇ ਵੀਰੋ ਇਕੱਲਾ ਭੌਰ ਲਾਈਵ ਵੇਖ ਰਿਹਾ। ਆਓ ਵੇਖੀਏ ਸਾਹਮਣੇ, ਕਹਿੰਦੇ ਘੋੜੇ ਦੀ ਕਬੱਡੀ, ਘੋੜੇ ਦੀ ਕਬੱਡੀ ਦੁਆਰਿਆਂ ਨੇ ਪਿੰਡ ਦਾ, ਪਰ ਬੁਲਟ ਮਿੱਟਿਆ ਵਾਲਾ। ਆਓ ਵੇਖੀਏ ਸਾਹਮਣੇ, ਲੈ ਵੀ ਹੁਣ ਕਹਿੰਦੇ ਸ਼ੱਕ ਜਾ ਜਿਹੜਾ ਪੈ ਗਿਆ ਵੀ ਜਾਂ ਤੇ ਕਹਿੰਦੇ ਇੱਕ ਸਾਈਕਲ ਦੁਆਰਿਆਂ ਨੂੰ ਜਾਊਗਾ ਤੇ ਜਾਂ ਇੱਕ ਸਾਈਕਲ ਉਹ ਸੰਗਰੂਰ ਨੂੰ ਜਾਊਗਾ, ਕਿਉਂਕਿ ਰੇਡਰਾਂ ਨੂੰ ਜੱਫੇ ਜਿਹੜੇ ਬਹੁਤ ਘੱਟ ਲੱਗੇ ਆ। ਲਓ ਸਾਹਮਣੇ, ਕਹਿੰਦੇ ਚੋਟੀਆਂ ਵਾਲਾ ਕਬੱਡੀ ਪਾ ਰਿਹਾ। ਚੰਦਰਿਆ ਤੂੰ ਬਦਲ ਗਿਆ, ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ, 2 ਛੱਲੇ 3 ਮੁੰਦੀਆਂ, ਉਹ 2 ਗਾਨੀਆਂ ਆ ਪਈਆਂ, ਪਾਰਸਾ ਕੜਾ ਕੋਲੇ ਰੱਖ, ਅਸੀਂ ਪ੍ਰੀਤਾਂ ਤੋੜਦੀਆਂ, ਗਿਣ ਕੇ ਚੱਕ ਲਾ ਯਾਰਾ ਵੇ, ਅੱਠੇ ਦੀਆਂ ਅੱਠੇ ਮੋੜਦੀਆਂ, ਗਿਣ ਕੇ ਚੱਕ ਲਈ ਯਾਰਾ ਵੇ, ਅੱਠੇ ਦੀਆਂ ਅੱਠੇ ਮੋੜਦੀਆਂ। ਰੇਡ ਪਈ ਆ ਖੇਡ ਮੈਦਾਨ ਦੇ ਅੰਦਰ ਮੇਰੇ ਵੀਰੋ। ਨੌਜਵਾਨ ਗੱਭਰੂ ਇਸ ਸਮੇਂ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਫਾਈਨਲ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਬੜਾ ਚੋਟੀ ਦਾ ਜਿਹੜਾ ਖੇਡਿਆ ਜਾ ਰਿਹਾ, ਥੋੜੀ ਨੋਕ ਝੋਕ ਹੈ। ਧਨੌਰੀ ਤੇ ਹਰੀ ਕੇ ਕਲਾਂ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਆ ਜਾਣਗੀਆਂ, ਧਨੌਰੀ ਤੇ ਹਰੀ ਕੇ ਕਲਾਂ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਪੁੱਜ ਜਾਣਗੀਆਂ। ਮੇਰੇ ਵੀਰੋ ਇੱਕ ਸਿਰੇ ਦਾ ਮੈਚ ਹੈ ਵੀ ਕੁਝ ਸ਼ਿਕਵੇ ਨੇ, ਕੁਝ ਅੜੀਆਂ ਨੇ, ਜ਼ਿੰਦਗੀ ਤੋਂ ਆਸਾਂ ਬੜੀਆਂ ਨੇ। ਮੂਹਰੇ ਹੋ ਕੇ ਦੇਖ, ਪਾਰਸਾ ਕਾਮ ਜਾਂਬੀਆਂ ਖੜੀਆਂ ਨੇ। ਉਧਰ ਰਵੀ ਆਸਟ੍ਰੇਲੀਆ ਦਾ ਪੁੱਤਰ, ਬਹੁਤ ਵੱਡੇ ਮਾਣ ਜਿਹੜੇ ਪੁੱਜਦੇ ਕਰ ਗਿਆ, ਬਹੁਤ ਬਹੁਤ ਧੰਨਵਾਦ ਹੈ। ਰੇਡ ਪੈ ਗਈ ਆ ਮੋਦੀ ਜੀ ਚੱਕੋ ਮਾਈ, ਕਿਆ ਬਾਤ ਹੈ। ਰਵੀ ਆਸਟ੍ਰੇਲੀਆ ਮੇਰੇ ਵੀਰੋ ਵੱਡੇ ਯੋਗਦਾਨ ਹੈ 51,000 ਦੇ। ਇੱਕ ਪਾਸੇ ਕਹਿੰਦੇ ਘੋੜੇ ਦੀ ਕਬੱਡੀ ਕਾਬਲ ਵਾਲੀ ਆ, ਰਾਜਾ ਲਾਈ ਵੇਖੀ ਜਾਂਦਾ, ਪਰ ਇਧਰਲੇ ਪਾਸੇ ਸਵਾਦ ਆਈ ਜਾਂਦਾ, ਇਧਰਲੇ ਪਾਸੇ ਸਵਾਦ ਆਈ ਜਾਂਦਾ। ਆਹ ਭੋਡੀ ਪੁਰੀਆ ਸੂਬਾ ਕਹਿੰਦੇ ਇਸ਼ਾਰਾ ਕਰ ਗਿਆ ਮੇਰੇ ਵੀਰੋ। ਨੰਬਰ ਕਹਿੰਦੇ ਇਸ ਸਮੇਂ ਰੇਡਰ ਦੇ ਖਾਤੇ ਲੱਖੀ, ਤੇਰੇ ਪਿੱਛੇ ਲੰਗਰ ਕਮੇਟੀ ਵਾਲੇ ਵੀ ਖੜੇ ਆ ਗਏ ਹੈ। ਹੈਵੀ ਭੁਪਿੰਦਰ ਆ ਮੈਚ ਤੋਂ ਬਾਅਦ ਤੁਹਾਡਾ ਵੀ ਮਾਣ ਸਤਿਕਾਰ ਹੈ, ਨੌਜਵਾਨਾਂ ਤੁਸੀਂ ਸੇਵਾ ਕਰੀ ਹੈ, ਮੈਚ ਨਹੀਂ ਦੇਖੇ ਉੱਥੇ ਕਹਿੰਦੇ ਨਿਰਵਿਘਨ ਸੇਵਾ ਕਰੀ ਹੈ ਮੇਰੇ ਵੀਰੋ। ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਕਹਿੰਦੇ ਦਰ ਤੇ ਤੁਹਾਡੀ ਸੇਵਾ ਜਿਹੜੀ ਸਵੀਕਾਰ ਹੋ ਚੁੱਕੀ ਹੈ, ਤੁਹਾਡਾ ਵੀ ਸਤਿਕਾਰ ਕੀਤਾ ਜਾਣਾ ਹੈ। ਲਓ ਕਬੱਡੀ ਕਹਿੰਦੇ ਪੈ ਗਈ ਆ ਵੀ ਗਿੱਲੇ ਗੋਹੇ ਧੁਖਦੇ ਰਹਿੰਦੇ, ਮੱਚਦੇ ਨਹੀਂ ਹੁੰਦੇ, ਬੁੱਝ ਦਿਲ ਤਿੱਖੀਆਂ ਤਾਰਾਂ ਉੱਤੇ ਨੱਚਦੇ ਨਹੀਂ ਹੁੰਦੇ, ਜਿਹਨਾਂ ਦੀਵਿਆਂ ਵਿੱਚ ਮਿੱਤਰੋ ਦਮ ਹੁੰਦਾ ਕੋਈ, ਸੂਰਜ ਨੂੰ ਵੀ ਅੱਖਾਂ ਕੱਢ ਦਿਖਾਉਂਦੇ ਹੁੰਦੇ ਆ, ਗੀਜਰਾਂ ਨੂੰ ਇਨਵੈਟਰ ਕਦੋਂ ਚਲਾਉਂਦੇ ਹੁੰਦੇ ਆ, ਦੱਸ ਕੇ ਕਦੋਂ ਪਾਰਸਾ ਭਚਾਲ ਆਉਂਦੇ ਹੁੰਦੇ ਆ, ਦੱਸ ਕੇ ਕਦੋਂ ਪਾਰਸਾ ਭਚਾਲ ਆਉਂਦੇ ਹੁੰਦੇ ਆ, ਦੱਸ ਕੇ ਭਚਾਲ ਕਦੋਂ ਪਾਰਸਾ ਆਉਂਦੇ ਹੁੰਦੇ ਆ। ਅੱਜ ਕਹਿੰਦੇ ਮੁੰਡੇ ਚੋਟੀ ਚੋਟੀ ਦੇ ਪੁੱਜੇ ਹੋਏ ਆ, ਮੈਚ ਵੀ ਚੋਟੀ ਦਾ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦੇ ਦਰਮਿਆਨ ਮੇਰੇ ਵੀਰੋ। ਅਗਲੀ ਰੇਡ ਪਈ ਆ ਤੇ ਕਰਦੇ ਜ਼ਿਕਰ ਸੁਣੋ ਸਾਹਮਣੇ, ਕਹਿੰਦੇ ਦੁਆਰਿਆਂ ਨੇ ਪਿੰਡ ਦਾ ਘੋੜਾ ਮੇਰੇ ਵੀਰੋ, ਸਾਈਕਲ ਕਿੱਧਰ ਨੂੰ ਜਾਣਗੇ, ਇਹ ਤੇ ਬਾਤਾਂ ਸਮੇਂ ਦੀਆਂ ਹੋਣਗੀਆਂ। ਮਲਾਪਜੀਤ ਭਾਵੇਂ ਚਲਾ ਗਿਆ, ਆਓ ਕਹਿੰਦੇ ਵੱਡੀਆਂ ਯਾਦਾਂ ਜੁੜੀਆਂ ਹੋਈਆਂ ਨੇ ਉਧਰ ਗੁਰੂ ਨਾਨਕ ਜਵੈਲਰਸ ਵਾਲਿਆਂ ਦੀਆਂ ਵੀ, ਵਿਸ਼ੇਸ਼ ਤੌਰ ਤੇ ਜਿਹੜਾ ਧੰਨਵਾਦ ਹੈ। ਇੱਕ ਟੀਮ ਆ ਗਈ ਹੈ ਹਰੀ ਕੇ ਕਲਾਂ ਦੀ ਟੀਮ ਵੀ, ਜਿਹੜੀ ਜਲਦੀ ਆ ਜਾਵੇ। ਉਧਰ ਕਹਿੰਦੇ 27 ਤੇ 28 ਤਰੀਕ ਨੂੰ ਹਰੀ ਕੇ ਕਲਾਂ ਦੇ ਵਿੱਚ ਰੌਣਕਾਂ ਲੱਗਣੀਆਂ ਹੈ। ਲੈ ਵੀ
ਵੀ ਜਿੱਤ ਵਾਲਿਆ ਅਸ਼ੋਕ ਸ਼ਰਮਾ ਜੀ ਤੁਹਾਡੇ ਲਈ ਵੀ ਮੁਬਾਰਕਬਾਦ ਹੈ। ਥੋੜੇ ਸਮੇਂ ਦੇ ਵਿੱਚ ਕਹਿੰਦੇ ਕੈਨੇਡਾ ਦਾ ਜਹਾਜ਼ ਚੜ ਜਾਣਾ ਜਿੱਤ ਵਾਲੇ ਅਸ਼ੋਕ ਨੇ ਮੇਰੇ ਵੀਰਿਓ, ਇਹ ਵੀ ਬਹੁਤ ਵੱਡੀ ਮੁਬਾਰਕਬਾਦ ਹੈ। ਆ ਕਹਿੰਦੇ ਗੁਰਜੀਤ ਸਿੰਘ ਮੇਰੇ ਵੀਰਿਓ ਇਸ ਸਮੇਂ ਚੋਟੀਆਂ ਪਿੰਡ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਵੀਰੋ, ਥੋੜੇ ਜੇ ਹਾਂ ਜਜ਼ਬਾਤੀ ਅੱਖਾਂ ਨੂੰ ਵੀ ਭਰਾਂਗੇ, ਸਾਡਾ ਚੱਲਣਾ ਨਹੀਂ ਜ਼ੋਰ ਪਰ ਸ਼ਿਕਵੇ ਕਰਾਂਗੇ, ਇੱਕ ਅੱਧੀ ਨਹੀਂ ਪਾਰ ਸਾਹਿਬ ਬਥੇਰੀਆਂ ਕਰਾਂਗੇ, ਅੱਜ ਤੇਰੀ ਫੋਟੋ ਨਾਲ ਗੱਲਾਂ ਤੇਰੀਆਂ ਕਰਾਂਗੇ, ਅੱਜ ਤੇਰੀ ਫੋਟੋ ਨਾਲ ਗੱਲਾਂ ਤੇਰੀਆਂ ਕਰਾਂਗੇ। ਉਹ ਵੇਖਦੇ ਆ ਜਫਾ ਲੱਗਿਆ ਨੰਬਰ ਕਹਿੰਦੇ ਜਾਫੀ ਦੇ ਹਿੱਸੇ ਦੇ ਵਿੱਚ ਜੁੜਿਆ, ਇਹ ਹਰਜੀਤ ਆ ਜੰਡਾਂ ਵਾਲੇ ਪਿੰਡ ਦਾ, ਸ਼੍ਰੀ ਸਰਪੰਚ ਦਾ ਜ਼ਿਕਰ ਹੋਇਆ, ਸਤਿੰਦਰ ਗਿੱਲ ਦਾ ਜ਼ਿਕਰ ਹੋਇਆ ਮੇਰੇ ਵੀਰੋ, ਉਹ ਚਰਚੇ ਹੁੰਦੇ ਆ। 10 ਤਰੀਕ ਲੇਲਾ ਦੇ ਵਿੱਚ ਟੂਰਨਾਮੈਂਟ ਖੇਡਿਆ ਜਾਣਾ, 11 ਤਰੀਕ ਟੂਰਨਾਮੈਂਟ ਜਿਹੜਾ ਖੇਡਿਆ ਜਾਵੇਗਾ ਝੰਡੂਕੇ ਦੇ ਵਿੱਚ ਮੇਰੇ ਵੀਰੋ, ਤੇ 17 ਤਰੀਕ ਰਾਈਏ ਦੀ ਹੈ, ਤੇ 19 ਤਰੀਕ ਨੂੰ ਗੁਲਜ਼ਾਰ ਬਾਈ ਦਾ ਸੱਦਾ ਮੂਣਕ ਦਾ ਮੇਲਾ, 21 ਤਰੀਕ ਗੁਣਾ ਚੌਰ ਦੇ ਵਿੱਚ ਟੂਰਨਾਮੈਂਟ ਜਿਹੜਾ ਹੋਣਾ ਹੈ। ਆ ਜਾ ਵੀ ਮੋਦੀ, ਕਿਆ ਬਾਤ ਹੈ। ਉਧਰ ਕਹਿੰਦੇ ਦਾਰਾ ਡਾਕਟਰ ਸਾਡਾ ਬਹੁਤ ਹੀ ਸਤਿਕਾਰ ਦੇ ਯੋਗ ਨੇ, ਵੱਡੇ ਬਾਈ ਨੇ ਕਹਿੰਦੇ ਇਹਨੇ ਬੋਲਾਂ ਦਾ ਮਾਣ ਕਰਕੇ ਗਏ ਆ। ਇੱਕ ਪਾਸੇ ਬੁਲਟ ਦੇ ਘੋੜਾ, ਬੁਲਟ ਤੇ ਘੋੜਾ, ਉਹ ਘੋੜੇ ਦੀਆਂ ਕਬੱਡੀਆਂ ਕਿਵੇਂ ਲੱਗੀਆਂ, ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰੋ। ਉਧਰ ਮੰਨਾ ਚੱਕ ਸੈਦੋ ਕੇ ਕਬੱਡੀ ਖਿਡਾਰੀ, ਉਹਨਾਂ ਦੇ ਫਾਦਰ ਸਾਹਿਬ 100 ਰੁਪਈਆ ਜੰਡਾ ਬਰੇ ਦੀ ਟੀਮ ਦੇ ਲਈ ਮਾਣ ਹੈ ਮੇਰੇ ਵੀਰੋ। ਬਿਰਕਾ ਦਾ ਘੋੜਾ ਮਸ਼ਹੂਰ ਰਿਹਾ ਆਪਣੇ ਸਮੇਂ ਦੇ ਵਿੱਚ, ਭਾਈ ਰੁਪਏ ਦੇ ਘੋੜੇ ਦਾ ਜ਼ਿਕਰ ਹੁੰਦਾ। ਆਹ ਵੇਖਦੇ ਆ ਰਮਦਾਸ ਹਰੇ ਦੇ ਚਰਚੇ ਹੁੰਦੇ ਆ, ਫੇੜ ਪੈਂਦੀ ਆ, 3 ਕਹਿੰਦੇ ਤਿਆਰ ਹੈ, 3 ਪਰੀ ਤੇ ਹਰੀ ਕਿੱਕਰਾਂ ਦਾ ਫਾਈਨਲ, 1 ਮੈਚ। ਕਿਆ ਬਾਤ ਹੈ, ਘੋੜਾ ਘੋੜਾ ਹੋਈ ਪਈ ਹੈ, ਕਿਆ ਬਾਤ ਹੈ ਭਾਵੇਂ ਮੁੰਡਿਆ। ਆ ਮੈਚ ਤੋਂ ਬਾਅਦ ਇੱਕ ਵੱਡੀ ਰਾਸ਼ੀ ਜਿਹੜੀ ਟੂਰਨਾਮੈਂਟ ਨੂੰ ਦਿੱਤੀ ਜਾਣੀ ਹੈ, ਕਿਹਦੇ ਬਣੀਓ ਕਿੰਨੀ ਰਾਸ਼ੀ ਹੈ ਮੈਚ ਤੋਂ ਬਾਅਦ ਦੱਸਾਂਗੇ ਮੇਰੇ ਵੀਰੋ। ਲੈ ਵੀ ਭਾਊ ਮੁੰਡਾ ਕਹਿੰਦੇ ਦੁਬਾਰੇ ਆਣੇ ਦੀ ਧਰਤੀ ਦਾ ਫੇਰ ਕਬੱਡੀ ਪਾਉਂਦਾ, ਸਾਈਕਲ ਕੌਣ ਜਿੱਤ ਕੇ ਲੈ ਕੇ ਜਾਂਦਾ, ਇਹ ਸ਼ੱਕ ਤੇ ਰਹਿਣੀ ਹੈ। ਮੇਲਾ ਚੱਕ ਤੋਂ ਪਿੰਡ ਦੇ ਵਿੱਚ ਚੱਲਦਾ, ਢੱਕ ਤੇ ਪੈਣੀ ਹੈ, ਘਾਂਗੇ ਦੇ ਇਲਾਕੇ ਦਾ ਮੇਲਾ ਮੇਰੇ ਵੀਰੋ, ਜਲਾਲਾਬਾਦ ਦੇ ਇਲਾਕੇ ਦਾ ਮੇਲਾ, ਇੱਕ ਵੱਖਰਾ ਵੱਖਰਾ ਮੇਰੇ ਵੀਰੋ ਇਤਿਹਾਸ ਰਚਿਆ ਜਾਂਦਾ ਬਜਨੀ ਕਬੱਡੀ ਦੇ ਖਿਡਾਰੀਆਂ ਨੂੰ, ਇਹਨਾਂ ਨੇ ਕਿਰਾਇਆ ਦਿੱਤਾ। ਮੈਂ ਹੋਰ ਕਮੇਟੀਆਂ ਨੂੰ ਵੀ ਬੇਨਤੀ ਕਰਦਾ, ਬਜਨੀ ਕਬੱਡੀ ਦੇ ਖਿਡਾਰੀਆਂ ਨੂੰ ਜ਼ਰੂਰ ਜਿੰਨਾ ਬਣਦਾ ਮਾਣ ਸਤਿਕਾਰ ਦਿਆ ਕਰੋ, ਤੇ ਬਜਨੀ ਕਬੱਡੀ ਵਾਲਿਆਂ ਨੂੰ ਇੱਕ ਬੇਨਤੀ, ਸਮੇਂ ਸਿਰ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਆਓ, ਫਿਰ ਹੀ ਤੁਸੀਂ ਵੱਡੇ ਸਟਾਰ ਬਣਨਾ। ਆ ਵੀ ਕਰਾਂ ਮੋਦੀ ਕਰਦੇ ਜ਼ਿਕਰ, ਵਾਕਈ ਸਹੀ ਗੱਲ ਹੈ, ਸਮੇਂ ਦੀ ਕਦਰ ਜਿਹੜੀ ਹੈ ਜ਼ਰੂਰ ਕਰਨੀ ਚਾਹੀਦੀ ਹੈ। ਸਮਾਂ ਮੇਰੇ ਵੀਰੋ ਆਓ, ਕਹਿੰਦੇ ਇੱਕ ਪਾਸੇ ਹੈ, ਲਾਓ ਦੇਖੋ ਸਮੇਂ ਸਮਾਂ ਬਲਵਾਨ ਪਰ ਕਬੱਡੀ ਮਹਾਨ। ਆਓ ਵੇਖੀਏ ਸਾਹਮਣੇ ਦੁਆਰਿਆਂ ਨੇ ਪਿੰਡ ਦਾ ਘੋੜਾ, ਔਰ ਮਿੰਡਿਆਂ ਵਾਲਿਓ ਜੱਫੇ ਲਾਉਣੇ ਪੈਣੇ ਆ ਜੇ ਸਾਈਕਲ ਜਿੱਤਣਾ ਤੇ। ਪਰ ਨਹੀਂ ਰੀਸਾ, ਮੈਂ ਡਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਸੂਈ ਮੂਈ, ਮੈਂ ਸੂਈ ਮੂਈ। ਓਏ ਅੱਜ ਦਾ ਟੂਰਨਾਮੈਂਟ ਕਿਵੇਂ ਲੱਗਿਆ, ਚੱਕ ਸੈਦੋ ਵਾਲੋ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੇ। ਆ ਮੈਚ ਨੇ ਵੀ ਕਹਿੰਦੇ ਸਵਾਦ ਲਿਆਂਦਾ, ਹਰਵਿੰਦਰ ਮੱਲ ਤੇ ਹਰਮਨ ਕਬੱਡੀ 62 ਕਿਲੋ ਦੇ ਵਿੱਚੋਂ 16 ਨੰਬਰ ਲੈ ਕੇ ਜੰਡਾ ਵਾਲਾ ਫਾਸਟ ਹੈ, 12.5 ਨੰਬਰ ਮਿੱਡੇ ਦੀ ਟੀਮ ਦੇ ਰਹੇ ਹੈ। ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਕੌਣ ਹੈ ਬਜਨੀ ਕਬੱਡੀ ਦਾ, 14 ਕਬੱਡੀਆਂ ਪਾ ਕੇ 12 ਨੰਬਰ ਘੋੜਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਹੈ।
ਛੇ ਅੱਡਾਂ ਚ ਤਿੰਨ ਜਫੇ ਹਰਜੀਤ ਜੰਡਾ ਵਾਲਾ ਸਾਡਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਜਾਫੀ ਹੈ। ਇਹ ਵੀ ਹਰਜੀਤ ਬੈਸਟ ਬਣ ਗਿਆ, ਸਾਈਕਲ ਜਿੱਤ ਗਿਆ।